ਪਟਿਆਲਾ ਪੁਲਿਸ ਵੱਲੋਂ ਬੁੱਚੜਖਾਨੇ ਲੈ ਜਾ ਰਹੇ ਗਊਆਂ ਨਾਲ ਭਰੇ ਟਰੱਕ ਨੂੰ ਕਾਬੂ ਕਰ ਉਸ ਚੋਂ 18 ਗਊਆਂ ਬਰਾਮਦ ਕੀਤੀਆਂ ਤੇ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਗਊ ਰੱਖਿਆ ਦਲ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਦੱਸਿਆ ਕਿ ਅਬੋਹਰ ਵੱਲੋਂ ਗਊਆਂ ਦੀ ਤਸਕਰੀ ਕਰਨ ਵਾਲਾ ਗਿਰੋਹ ਇਹਨਾਂ ਨੂੰ ਟਰੱਕ 'ਚ ਲੱਦ ਕੇ ਹਰਿਆਣਾ 'ਚ ਨਜਾਇਜ਼ ਤੌਰ ਤੇ ਚੱਲ ਰਹੇ ਬੁੱਚੜਖਾਨਿਆਂ 'ਚ ਲੈ ਜਾ ਰਿਹਾ ਸੀ। ਜਿਸ ਸੰਬੰਧੀ ਉਹਨਾਂ ਟਰੱਕ ਦਾ ਪਿੱਛਾ ਕੀਤਾ ਤੇ ਪੁਲਿਸ ਨੂੰ ਸੂਚਿਤ ਕਰਕੇ 5 ਵਿਅਕਤੀਆਂ ਨੂੰ ਕਾਬੂ ਕਰ ਲਿਆ। ਦੋਸਤੋ, ਸਤੀਸ਼ ਜੀ ਦੇ ਮਾਰਗ ਦਰਸ਼ਨ ਨਾਲ ਮੇਰੇ ਦੋਨੋਂ ਛੋਟੇ ਭਰਾ ਸੰਦੀਪ ਵਰਮਾ ਜੀ ਰਾਮਪੁਰਾ ਫੂਲ ਤੋਂ, ਹਨੀ ਪਾਤੜਾ ਜੀ ਜਿਹੜੇ ਕਿ 4 ਦਿਨਾਂ ਤੋਂ ਇਹਨਾਂ ਬੂਚੜਾਂ ਦੇ ਮਗਰ ਲੱਗੇ ਹੋਏ ਸੀ। ਬੀਤੀ ਰਾਤ ਅਸੀਂ 10 ਵਜੇ ਤੋਂ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੰਜਾਬ ਦਾ ਕਿਹੜਾ ਸ਼ਹਿਰ ਹੈ ਜਿਹਦੇ ਵਿੱਚ ਅਸੀਂ ਨਹੀਂ ਗਏ? ਅਬੋਹਰ, ਫਜ਼ੀਲਕਾ, ਸਾਰੇ ਪਾਸੇ ਘੁੰਮਦੇ ਹੋਏ ਲੁਧਿਆਣਾ ਵਿਖੇ ਬਾਬਾ ਜੀ ਸਾਡੇ ਨਾਲ ਨੇ। ਅਸੀਂ ਇੱਕ ਗਊ ਤਸਕਰ ਫੜੇ ਜਿਹੜਾ ਆਪਣੇ ਆਪ ਨੂੰ ਚੰਨੀ ਸਰਦਾਰ ਕਹਿ ਕੇ ਚੈਲੰਜ ਕਰਕੇ ਗੱਡੀਆਂ ਭਰਦਾ ਸੀ, ਅੱਜ ਉਸ ਨੂੰ ਉਸਦੇ ਸਾਥੀਆਂ ਨਾਲ ਫੜ ਕੇ ਪੁਲਿਸ ਕੋਲ ਗ੍ਰਿਫਤਾਰ ਕਰਾਇਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕੁੰਤਲਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਟਰੱਕ 'ਚ ਗਊਆਂ ਲੱਦ ਕੇ ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਸਨ, ਉਸ ਉੱਪਰ ਜਾਲੀ ਨੰਬਰ ਲਗਾਇਆ ਗਿਆ ਸੀ ਤੇ ਟਰੱਕ 'ਚੋਂ ਵੱਖ ਵੱਖ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਨੇ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਗਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਦੀ ਹਾਲਤ ਗੰਭੀਰ ਹੈ। ਮਤਲਬ ਕਿ ਸਾਡੇ ਕੋਲ ਸੰਦੀਪ ਕੁਮਾਰ ਨੇ, ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਵੀ ਉਹ ਕਹਿੰਦੇ ਵੀ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਹੈ ਅਤੇ ਹੋਰ ਸਾਈਡ ਤੋਂ ਕੁਛ 5 ਲੜਕੇ ਗਊਆਂ ਲੈ ਕੇ ਆ ਰਹੇ ਨੇ ਜਿਹੜੇ ਇਹਨੂੰ ਸਰੈਂਡਰ ਕਰਨ ਦੀ ਖਾਤਰ ਵੱਖ ਵੱਖ ਰਾਜਾਂ 'ਚ ਲੈ ਕੇ ਜਾ ਰਹੇ ਨੇ। ਵੀ ਜੇ ਤੁਸੀਂ ਮਛੀਵਾੜਾ ਰੋਡ 'ਤੇ ਨਾਕਾਬੰਦੀ ਕਰੋ ਅਤੇ ਉਹ ਟਰੱਕ ਸਮੇਤ ਕਾਬੂ ਆ ਸਕਦੇ ਨੇ। ਉਹਦੇ ਸੰਬੰਧ ਦੇ ਵਿੱਚ ਅਸੀਂ ਪੁਲਿਸ ਪਾਰਟੀ, ਅਸੀਂ ਚੌਂਕੀ ਚਾਰਜ ਕਟਾਣੀ ਕਲਾਂ, ਅਤੇ ਜਸਵੀਰ ਸਿੰਘ ਅਤੇ ਸੁਦੇਵ ਉੱਥੇ ਨੱਕਾ ਲਾਇਆ ਸੀਗਾ। ਉਹਦੇ ਦੌਰਾਨ ਟਰੱਕ ਕਾਬੂ ਕੀਤਾ ਗਿਆ, ਉਹਦੇ 'ਚ 18 ਗੁਰੂਆਂ ਨੇ ਅਤੇ ਕੁਛ ਗ੍ਰਿਫਤਾਰ ਕਰ ਲੈਂਦੇ ਹਾਂ ਅਸੀਂ। ਅੱਗੇ ਇਨਵੈਸਟੀਗੇਸ਼ਨ ਅਸੀਂ ਉਹਨਾਂ ਦੇ FIR ਦਰਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਵੇਰਾ ਪੰਜਾਬ ਲਈ ਲੁਧਿਆਣਾ ਤੋਂ ਵਰਨ ਕੌਸ਼ਲ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन चोरा ठगा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद, मोबाइल 84374 94647, 84374 94648।